ਮੌਜੂਦਾ ਹਾੜੀ ਦੇ ਸੀਜ਼ਨ ਦੌਰਾਨ ਪਟਿਆਲਾ ਦੀਆਂ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਦਾ ਅਮਲ ਸ਼ੁਰੂ ਹੋ ਗਿਆ ਹੈ। ਪਟਿਆਲਾ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਲਈ ਸਥਾਪਿਤ ਕੀਤੀਆਂ 108 ਮੰਡੀਆਂ ਵਿੱਚੋਂ 3 ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋਈ। ਹੁਣ ਤੱਕ 3 ਮੰਡੀਆਂ ਵਿੱਚ 45 ਮੀਟ੍ਰਿਕ ਟਨ ਕਣਕ ਪਹੁੰਚੀ ਹੈ, ਜਿਸ ਵਿੱਚੋਂ ਅੱਜ 2 ਮੰਡੀਆਂ ਵਿੱਚ 10 ਮੀਟ੍ਰਿਕ ਟਨ ਕਣਕ ਦੀ ਖਰੀਦ ਵੀ ਕੀਤੀ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਹਾੜੀ ਦੇ ਸੀਜ਼ਨ ਦੌਰਾਨ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 9,20,257 ਮੀਟ੍ਰਿਕ ਟਨ ਕਣਕ ਆਉਣ ਦੀ ਉਮੀਦ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਆਪਣੀ ਫਸਲ ਦਾ ਸਹੀ ਮੁੱਲ ਲੈਣ ਲਈ ਸੁੱਕੀ ਕਣਕ ਹੀ ਮੰਡੀਆਂ ਵਿੱਚ ਲੈ ਕੇ ਆਉਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਲਈ ਪੀਣ ਦੇ ਪਾਣੀ ਦਾ ਵੀ ਪੂਰਾ ਪ੍ਰਬੰਧ ਹੈ। ਸੀਜ਼ਨ ਸ਼ੁਰੂ ਹੋ ਗਿਆ 1 ਅਪ੍ਰੈਲ ਤੋਂ, ਕਣਕ ਜਿਹੜੀ ਹੈ ਆਉਣ ਵੀ ਸ਼ੁਰੂ ਹੋ ਗਈ ਹੈਗੀ। ਇਹਦੇ ਵਿੱਚ ਸਾਡੇ ਕੋਲ 109 ਮੰਡੀਆਂ ਹੈਗੀ ਅਤੇ 9 ਲੱਖ MT ਜਿਹੜਾ ਹੈਗਾ ਵੀਟ ਆਉਣ ਦੀ ਸੰਭਾਵਨਾ ਹੈਗੀ ਅਤੇ ਐਕਸਪੈਕਟਡ ਹੈਗੀ। ਇਹਦੇ ਵਿੱਚ ਅਸੀਂ ਪਹਿਲੇ ਇੱਕ ਸਰਟੀਫਿਕੇਟ ਲਿੱਤਾ ਹੈਗਾ ਡਿਸਟ੍ਰਿਕਟ ਮੰਡੀ ਆਫਿਸਰ ਸਾਰੇ ਦੇ ਨਾਲ, ਸਾਡੀ ਮੀਟਿੰਗ ਹੋ ਚੁੱਕੀ ਹੈ। ਅਸੀਂ ਹਿਦਾਇਤ ਕੀਤੀ ਸੀਗੀ ਕਿ ਪੀਣ ਵਾਲਾ ਪਾਣੀ, ਸਾਫ਼ ਸਫਾਈ, ਟੋਇਲਟਸ ਔਰ ਜੋ ਵੀ ਇਲੈਕਟ੍ਰੀਸਿਟੀ ਦੇ ਪ੍ਰਬੰਧ ਹੈ ਉਹ ਸਾਰੇ ਸਾਡੇ ਮੁਕੰਮਲ ਹੋ ਚੁੱਕੇ ਹੈਗੇ। ਸਾਡਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਗਿਆ। ਅਸੀਂ ਇਹ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਣ ਅਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਅਸੁਵਿਧਾ ਨਾ ਹੋਵੇ।